ਬੋਲਣ ਹੀ ਆ ਰਿਹਾ। ਹਾਂਜੀ ਬਾਬਿਓ ਕੀ ਹਾਲ ਚਾਲ, ਤੁਹਾਡੇ ਵੱਲੋਂ ਫਿਰ ਇੱਕ ਨਵਾਂ ਵਲੋਗ ਲੈ ਕੇ ਆ ਚੁੱਕੇ ਹਾਂ। ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਸੋ ਅੱਜ ਦਾ ਵਲੋਗ ਚੈਲੰਜ ਵਲੋਗ ਹੋਗਾ, ਸੋ ਦੇਖਦੇ ਹਾਂ ਚੈਲੰਜ ਵਿੱਚ ਕਿੱਦਾਂ ਰਹਿੰਦਾ ਤੇ ਐਂਟਰਟੇਨਮੈਂਟ ਜ਼ਰੂਰ ਹੋਗਾ ਤੇ ਵੀ ਉਹਨੂੰ ਸ਼ੇਅਰ ਜ਼ਰੂਰ ਕਰਿਓ। ਸੋ ਅੱਜ ਦੇ ਵਲੋਗ ਜਿੱਦਾਂ ਹੁਣ ਆਪਣੇ ਕੋਲ ਦੋ ਕੋਕ ਕੋਲਾ ਹੈ ਤੇ ਨਾਲ ਆਪਣੇ ਕੋਲ ਕਾਫੀ ਜ਼ਿਆਦਾ ਟੇਸਟੀ ਮਿਰਚ ਆਇਆ। ਸੋ ਅੱਜ ਦੇ ਵਲੋਗ 'ਚ ਇਹ ਹੋਊਗਾ ਕਿ ਜਿਹੜਾ ਇਹਨਾਂ ਦੋਨਾਂ ਨੂੰ ਪਹਿਲਾਂ ਮੰਗਾਊਗਾ ਉਹ ਜਿੱਤ ਜੂਗਾ, ਤੇ ਜਿਹੜਾ ਲਾਸਟ ਵਿੱਚ ਪੂਰੀ ਨਹੀਂ ਪੀਤੀ ਗਈ ਤਾਂ ਉਹਨੂੰ 5 ਮਿਰਚ ਜ਼ਰੂਰ ਖਾਣੀ ਪੈਣੀ, ਉਹ ਵੀ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਦਿਖਾਵਾਂਗੇ ਤੇ ਮਿਰਚਾਂ ਪੂਰੀਆਂ ਖਾਣੀਆਂ ਹੈ ਕਿਉਂ ਵੀ ਖਾਣੀ ਖਾਣੀਆਂ ਪੈਣੀਆਂ ਜੀ। ਚਲੋ ਹੁਣ ਕਰਦੇ ਹਾਂ ਸ਼ੁਰੂ। ਸੋ ਫਾਈਨਲੀ ਗਾਇਸ ਹੁਣ ਕਰਦੇ ਹਾਂ ਵੀ ਸ਼ੁਰੂ, ਪਹਿਲਾਂ ਖੋਲ ਲਈਏ। 3, 2, 1 ਗੋ। ਅਬੇ ਪੀਤੀ ਨੀ ਆਉਂਦੀ, ਸੌਣ ਲੱਗੇ ਜੇ ਉਦਾਂ ਪੀ ਲੈਣਾ। ਅਬੇ ਬੁਰਾ ਹਾਲ ਆ। ਸੋ ਬਾਬਿਓ ਬਾਬਿਓ ਆਪਣਾ ਦੀਪਕ ਭਰਾ ਜਿੱਤ ਚੁੱਕੇ ਆ ਯਾਰ। ਜਿੱਦਾਂ ਹੁਣ ਇੱਕ ਜਿੱਦਾਂ ਹੁਣ ਆਪਾਂ ਘਰੇ ਪੀ ਉੱਦਾਂ ਪੀਤੀ ਜਾਂਦੀ ਹੈ ਯਾਰ, ਇੱਦਾਂ ਪੀਤੀ ਜਾਂਦੀ। ਇਹ ਸਾਡਾ ਬੰਦਾ ਪੂਰੀ ਮੰਗਾ ਦੀ ਪੂਰੀ ਕਿੰਨੇ ਲੀਟਰ ਦੀ ਆ ਇਹ ਤੱਕ ਨਹੀਂ ਪੀਤੀ। ਕਿੰਨੇ ਐਮ ਐਲ ਦੀ ਆ ਲੀਟਰ ਕਹਿੰਦੇ ਆ? ਹਾਂ ਦੇਖੋ 750 750 ਯਾਰ ਲੀਟਰ ਤਾਂ ਇੱਥੇ ਆਉਣਾ ਐਮ ਐਲ ਜੋ ਵੀ ਆ ਇੰਨੀਆਂ ਪੀ ਚੁੱਕਾ ਹੁਣ ਸਾਈਡ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ। ਅ ਫਿਊ ਮੋਮੈਂਟਸ ਲੇਟਰ। ਸੋ ਬਾਬਿਓ ਇਹ ਕਰ ਚੁੱਕੀ ਆਪਣਾ ਪੂਰਾ ਮਤਲਬ ਸਾਫ ਸੁਫ ਕਰ ਚੁੱਕੇ ਆ ਟੇਬਲ। ਚਲੋ ਹੁਣ ਮਿਲਦੇ ਆ ਅਗਲੇ ਵਲੌਗ ਚ। ਨਾਨਾ ਜੀ ਆ ਖਾ ਕੇ ਦਿਖਾ, ਆ ਸਭ ਤੋਂ ਮੋਟੀ ਵਾਲੀ ਦੇ ਦੇ ਯਾਰ ਇਹਨੂੰ ਕਰਦੇ ਆ ਸੈਂਡ। ਸੋ ਇੰਨੀਆਂ ਮਿਰਚਾਂ ਆਪਾਂ ਲੈ ਚੁੱਕੇ ਆ ਬਈ ਇਹ ਸਾਰੀਆਂ, ਤੇ ਇੱਕ ਮਿਰਚ ਖਾਣੀ ਸੀ। ਕਿੰਨੀਆਂ ਮਿਰਚ ਖਾਣੀ? 5। ਚਲੋ 5 ਮਿਰਚਾਂ ਖਾਣੀ ਹੈ ਵੀਰੇ। ਆ ਪੱਕਾ ਖਾਣੀ ਹੈ। ਮਾਰੋ ਹਮਕੋ, ਮਾਰੋ ਹਮਕੋ, ਜਿੰਦਾ ਮਤ ਛੋੜੋ ਸਾਲਾ। ਬੇ ਨਾਲੇ ਇਹ ਆਪਣੀ ਕੋਕ ਦੂਰ ਪੀਵਾਂਗੇ। ਅੱਜ ਨੀ ਬਚਦਾ ਬਾਬਾ, ਸਪੋਰਟ ਕਰਿਓ। ਪੰਜਵੀਂ ਖਤਮ, ਬਾਏ ਬਾਏ ਟਾਟਾ ਗੁੱਡ ਬਾਏ ਗਿਆ। ਓਕੇ ਕਿੱਦਾਂ ਖਾ ਰਿਹਾ ਤੂੰ? ਕੁਛ ਨੀ ਕੱਢਿਆ, ਨੌਨ ਸਟੋਪ ਖਾਧੀ ਆ। ਬੁਰਾ ਹਾਲ ਹੋ ਰਿਹਾ ਵੀਰੇ, ਆਹ ਸਾਰੀਆਂ ਦੇਖੋ ਖਾ ਚੁੱਕਾ ਮੈਂ ਕਿਉਂਕਿ ਹਲੇ ਇੰਨੀਆਂ ਪਈਆਂ। ਸੋ ਪੰਜਵਾਂ ਕਿੱਦਾਂ ਸੀ? ਕੋਕ ਪੀ ਸਕਦੇ ਵੀਰੇ? ਨਹੀਂ ਪੀ ਸਕਦੇ। ਹੁਣ ਤਾਂ ਪੀ ਸਕਦੇ ਆ, ਚੈਲ ਖਤਮ। ਚੱਲ ਹੁਣ ਪੀ ਲੈ, ਬਖਸ਼ਤਾ ਮੈਂ। ਸੋ ਬਾਬਿਓ ਹਾਲ ਤਾਂ ਦੇਖ ਸਕਦੇ ਹੋ ਮੂੰਹ ਦੀ, ਉਹ ਦੇਖੋ ਯਾਰ ਲਾਲ ਹੋ ਗਿਆ।
हाथ जोड़ के कृपा बोले भी नहीं आता अखा जो आ रहे हैं अख रहे यार लाइक शेयर कर दो यार वीडियो बाबी हूँ भरा की कहना चाहना कुछ कह गया मेरा बाबी हूँ तो सवेरे पता लगेगा होना कि मेरे न बोलिया नहीं जा रहा की करके अंदर पानी पी लगा चल A few moments later. हाँ जी बाबे हूँ काफ़ी देर बाद मतलब व्लॉग खत्म करके दो मिनट हो सही तो हूँ मैं सैट होया पर हले भी यार मिर्चा ही ज्यादा इतने लग रही है देख दी सू कि बुरा हाल होया कॉफी पी ली सी तो हूँ मतलब सही हो गए हैं तो यही कहना कि वीडियो में लाइक शेयर जरूर करो तो सबसक्राइब कर जो नवे बंदे आए हैं उन्होंने सबसक्राइब कर जो पुराने लाइक कर तो स्पोर्ट बनाने जरूर करो तो इधर ही इंट्रस्टिंग चैलेंज भी लेके आए फिर हाल हले आप अपने बजट हिसाब से हले नहीं किया तो नैक्सट टाइम जरूर जोलरशिप चाहे तुम्हें पता ही वो जोलरशिप और जरूर लेके आवेंगे टेक केयर बाय जल्दी।